ਬੜਾ ਗੱਤੇ ਦੀ ਬੇਟੀ ਵਰਗਾ ਮੂੰਹ ਤੁਹਾਡਾ। ਲਾਂਤੀ ਬਬਲੂ, ਅਸੀਂ ਇੱਥੇ ਚੋਰੀ ਨਹੀਂ ਕਰਨ ਆਏ, ਅਸੀਂ ਇੱਥੇ ਇੱਕ ਬੱਚਾ ਅਗਵਾ ਕਰਨ ਆਏ ਆ, ਸਮਝੇ? ਇਹਨੂੰ ਬਾਜੀ ਦਾ ਜੇ ਇਸੇ ਰੱਖਣਾ ਈ, ਹੋਛਿਆਂ ਵਾਲੀਆਂ ਰੱਖਣਾ ਛੱਡ ਦੇ। ਮਰੇ ਕੇਕ ਵਾਲਾ ਖੋਤਾ ਹੁੰਦਾ ਈ, ਲੈ ਕੇਕ ਵਾਲਾ ਖੋਤਾ ਹੀ ਨਹੀਂ ਹੁੰਦਾ। ਇਹਦਾ ਮਤਲਬ ਤੂੰ ਬੌਸ ਨੂੰ ਕਦੀ ਗੌਰ ਨਾਲ ਨਹੀਂ ਵੇਖਿਆ ਬਬਲੂ। ਬੌਸ, ਅਸੀਂ ਕਾਮਯਾਬ ਹੋ ਜਾਵਾਂਗੇ ਨਾ? ਚਲੋ ਕਰ ਲੋ ਗੱਲ, ਅਸੀਂ ਤੇਰੀ ਭੂਆ ਨੂੰ ਇੱਥੇ ਪੇਪਰ ਦੇਣਾ ਆ, ਜਿਹੜਾ ਫੇਲ ਹੋ ਜਾਵਾਂਗੇ। ਸੋਰੀ ਭਾਈ। ਮੇਰਾ ਸੋਹਣਾ ਪਾਰਾ ਕਾਕਾ, ਸਦਕੇ ਜਾਏ ਸਦੀਕ ਪਿਆਰਾ, ਇਸ ਬੱਚੇ ਤੋਂ ਤੁਹਾਡੇ ਤਰ੍ਹਾਂ ਹਸੀਨ ਤਾਂ ਖੂਬਸੂਰਤ ਹੈ। ਮੇਰਾ ਨਾਂ ਹੈ ਫਰਜ਼ਾਨਾ। ਅੱਛਾ, ਮੇਰਾ ਨਾਂ ਹੈ ਸਦੀਕ ਅਹਿਮਦ ਪਿਆਰਾ, ਤੇ ਮੈਂ ਆਇਆ ਵਿਹਲੇ ਮਸਟੰਡੇ ਫੋਟੋਗ੍ਰਾਫਰ ਦੀ ਤਰਫੋਂ। ਬਬਲੂ ਪੁੱਤਰ, ਜਿਹੜਾ ਤੈਨੂੰ ਕੰਮ ਕਿਹਾ ਸੀ ਘਰ ਜਾ ਕੇ, ਤੁਹਾਡੇ ਤੋਂ ਚੋਰੀ ਜੰਮਿਆ ਜਾਂ ਆਉਂਦਿਆਂ ਇਹਨੇ ਪੀਸੀਓ ਪਾ ਲਿਆ ਸੀ? ਕੋਈ ਹਜ਼ਾਰ ਨੂੰ ਹੱਥ ਮਾਰ, ਤੂੰ ਕਿੱਡਾ ਵੱਡਾ ਭਾਈ ਆ, ਸ਼ਾਦੀਸ਼ੁਦਾ ਔਰਤ ਨੂੰ ਜੁਗਤਾ ਮਾਰਦਾ? ਮੈਂ ਤੇ ਵੈਸੇ ਗੱਲ ਕੀਤੀ ਸੀ। ਚਲੋ ਛੱਡੋ ਭਾਜੀ, ਇਹਦੀ ਤਸਵੀਰ ਸਹੀ।